विधानसभा चुनाव को लेकर सियासी दल लगातार प्रचार में जुटे हुए हैं, साथ ही प्रत्याशियों को लेकर भी मंथन हो रहा है। इसी बीच हरियाणा का सिख समाज भी इन चुनाव में अपनी सशक्त भूमिका की ओर देख रहा है और कम से कम 20 सीटों पर सिख समुदाय के प्रत्याशी होने की मांग कर रहा है। सिख समाज का साफ कहना है कि जो भी पार्टी सिखों को आगे लाने का काम करेगी, हम उनका साथ देंगे। दरअसल यमुनानगर में सिख एकता मंच के बैनर तले सिख समाज की एक मीटिंग हुई, जिसमें ये फैसला लिया गया। पत्रकारों से बातचीत के दौरान सिख समाज के लोगों ने कहा कि अब सिख एकता मंच चाहता है कि हरियाणा की राजनीति में सिखों को अहम भूमिका निभानी चाहिए और उसको लेकर 8 सितंबर को एक अहम बैठक करनाल में भी की जानी है। साडे विशेष मुद्दे जड़े ने, ਸਾਡਾ 8 ਤਰੀਕ ਨੂੰ ਸਿੱਖ ਸੰਮੇਲਨ ਹੋਣ ਜਾ ਰਿਹਾ ਜੀ ਕਰਨਾਲ ਅਨਾਜ ਮੰਡੀ 'ਚ, ਜੋ ਕਿ ਸੰਮੇਲਨ ਸਾਡਾ ਹੋਣ ਜਾ ਰਿਹਾ, ਜਿਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਨੇ, ਜਿਹਦੇ ਵਿੱਚ ਕਿ ਸਾਨੂੰ ਸਿੱਖਾਂ ਨੂੰ ਹਰ ਵਾਰ ਸਰਕਾਰਾਂ ਜਿਹੜੀਆਂ ਨੇ ਬੇਮੁਖ ਰੱਖਦੀਆਂ ਇਹਨਾਂ ਚੀਜ਼ਾਂ ਤੋਂ। ਕੋਈ ਸਿੱਖਾਂ ਨੂੰ ਮਤਲਬ ਨਾ ਕੋਈ ਰਾਜਨੀਤੀ 'ਚ ਜਗ੍ਹਾ ਦਿੰਦੇ ਹੈ, ਨਾ ਕੋਈ ਸਰਕਾਰੀ ਨੌਕਰੀਆਂ 'ਚ ਸਿੱਖਾਂ ਦੇ ਬੱਚੇ ਜਾ ਰਹੇ ਹੈ, ਮਤਲਬ ਹਰ ਚੀਜ਼ ਤੋਂ ਸਿੱਖਾਂ ਦੇ ਖਿਲਾਫ਼ ਇਹ ਲੋਕ ਚੱਲਦੇ ਨੇ। ਉਸ ਚੀਜ਼ ਵਾਸਤੇ ਸਾਡਾ 8 ਤਰੀਕ ਨੂੰ ਜਿਹੜਾ ਸੰਮੇਲਨ ਹੋਣ ਜਾ ਰਿਹਾ ਸਿੱਖ ਸੰਮੇਲਨ, ਜਿਹਦੇ ਵਿੱਚ ਮੈਂ ਇੱਕ ਚੇਤਾਵਨੀ ਵੀ ਦੇਣਾ ਚਾਹਾਂਗਾ ਸਰਕਾਰਾਂ ਨੂੰ ਕਿ ਤੁਸੀਂ ਹਰ ਵਾਰ ਸਿੱਖਾਂ ਦੀ ਵੋਟ ਲੈ ਕੇ, ਔਰ ਇਹ ਤਾਂ ਚਲੋ ਸਾਡਾ ਸੰਮੇਲਨ ਵੀ ਮੈਂ ਕਹਿੰਦਾ ਵਾਹਿਗੁਰੂ ਦੀ ਮਿਹਰ ਨਾਲ ਉਸ ਤਰੀਕੇ ਨਾਲ ਆਇਆ ਹੈ ਕਿ ਬਈ ਇਲੈਕਸ਼ਨ ਵੀ ਨਜ਼ਦੀਕ ਆ ਗਏ ਹੈ। ਇਲੈਕਸ਼ਨ ਨਜ਼ਦੀਕ ਆਉਣ ਕਰਕੇ ਮੈਂ ਕਹਿੰਦਾ ਸਰਕਾਰ ਹੁਣ ਪ੍ਰੈਸ਼ਰ ਮੰਨੇ ਕਿ ਸਿੱਖਾਂ ਦੀ 16 ਤੋਂ ਲੈ ਕੇ 20 ਸੀਟਾਂ ਤੱਕ ਜਿਹੜੀਆਂ ਵੋਟਾਂ ਲੈਂਦੀ ਹੈ ਨਾ, ਅਤੇ ਚੁੱਪ ਚਾਪ ਸਾਇਲੈਂਟ ਤਰੀਕੇ ਨਾਲ ਇੱਕ ਲੋਲੀਪੋਪ ਜਿਹਾ ਲੈ ਕੇ ਸਰਕਾਰਾਂ ਦੇ ਦਿੰਦੀ ਹੈ ਕਿ ਬਈ ਕੋਈ ਨਹੀਂ, ਅਸੀਂ ਤਾਂ ਵੋਟ ਸਾਡੀ ਆਰਾਮ ਨਾਲ ਆਈ ਜਾਣੀ ਸਿੱਖਾਂ ਦੀ, ਇਹ ਬੇਵਕੂਫ ਨੇ ਬਣਾ ਲਓ ਜਿੰਨਾ ਬਣ ਸਕਦੇ ਹੈ। ਮੈਂ ਤੁਹਾਨੂੰ ਤਾਂ ਹੀ ਉਹ ਚੇਤਾਵਨੀ ਦੇਣਾ ਚਾਹੁੰਦਾ ਕਿ ਸਿੱਖਾਂ ਨੂੰ ਬੇਮੁਖ ਨਾ ਰੱਖੋ ਇਹਨਾਂ ਚੀਜ਼ਾਂ ਤੋਂ, ਸਿੱਖਾਂ ਨੂੰ ਉਹਨਾਂ ਦੇ ਬਣਦੇ ਹੱਕ ਦਿਓ। ਉਸੇ ਵਾਸਤੇ ਸਾਡਾ 8 ਤਰੀਕ ਦਾ ਇੱਕ ਸੰਮੇਲਨ ਹੈਗਾ ਜੀ, ਜਿਹਦੇ ਵਿੱਚ ਸਾਡੀਆਂ ਵਿਸ਼ੇਸ਼ ਮੁੱਖ ਮੰਗ ਜਿਹੜੀ ਹੈ ਕਿ ਸਾਨੂੰ ਰਾਜ ਸਭਾ 'ਚ ਸਿੱਖਾਂ ਨੂੰ ਭੇਜਿਆ ਜਾਏ। ਹਰਿਆਣਾ ਦੇ ਵਿੱਚ ਸਿੱਖ 16 ਤੋਂ 17 ਸੀਟਾਂ ਐਸੀਆਂ ਨੇ ਜਿਹਦੇ ਵਿੱਚ ਮੌਜੂਦ ਰੱਖਦੇ ਨੇ। ਬਤਾ ਦੇ ਕਿ ਪ੍ਰਦੇਸ਼ ਮੇ ਜਾਰੀ ਚੁਣਾਵੀ ਮਾਹੌਲ ਕੇ ਬੀਚ ਪਾਰਟੀਆਂ ਇਨ ਦਿਨੋਂ ਆਪਣੇ ਆਪਣੇ ਪ੍ਰਤਿਆਸ਼ੀਓ ਕੇ ਲਿਸਟ ਕੋ ਅੰਤਿਮ ਰੂਪ ਦੇਣੇ ਮੇ ਲਗੀ ਹੈ। ਐਸੇ ਮੇ ਦੇਖਣਾ ਹੋਗਾ ਕਿ ਸਿੱਖ ਸਮਾਜ ਕੇ ਇਸ ਮੰਗ ਪਰ ਵਿਭਿੰਨ ਰਾਜਨੀਤਿਕ ਦਲ ਕਿਆ ਰੁਖ ਅਪਣਾਤੇ ਹੈ। ਪੰਜਾਬ ਕੇਸਰੀ ਟੀਵੀ ਕੇ ਲਈ ਯਮੁਨਾਨਗਰ ਸੇ ਤਿਲਕ ਭਾਰਦਵਾਜ ਕੀ ਰਿਪੋਰਟ।